ਦਫ਼ਤਰ ਚ ਆ ਕੇ ਪ੍ਰੋਟੈਸਟ ਕਰ ਰਹੇ ਜੇ ਕੀ ਮੰਗਾਂ ਨੇ ਤੇ ਕੀ ਕਹਿਣਾ ਚਾਹੋਗੇ ਅੱਜ ਜੋ ਸੰਯੁਕਤ ਕਿਸਾਨ ਮੋਰਚਾ ਲਗਾਤਾਰ ਮੰਗਾਂ ਤੇ ਸੰਘਰਸ਼ ਕਰ ਰਿਹਾ ਜਿਹਦੇ ਵਿੱਚ ਜਿਹੜਾ ਵਾ ਮੋਦੀ ਸਰਕਾਰ ਜਿਹੜੀ ਆ WTO ਚੋਂ ਬਾਹਰ ਆਵੇ MSP ਦਾ ਗਰੰਟੀ ਕਾਨੂੰਨ ਬਣਾਵੇ ਸਮੁੱਚੇ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਮਾਫ਼ ਕਰੇ MSP ਦੀ ਕਾਨੂੰਨ ਲਾਗੂ ਕਰੇ ਅਤੇ ਨਾਲ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰੇ ਲਖੀਮਪੁਰ ਖੀਰੀ ਦੇ ਲੋਕਾਂ ਨੂੰ ਜਿਹੜਾ ਉੱਥੋਂ ਦੇ ਮੰਤਰੀ ਨੇ ਉਹਨਾਂ 'ਤੇ ਗੱਡੀ ਚੜਾਈ ਆ ਅਜੇ ਤੱਕ ਉਸਨੂੰ ਡਿਸਮਿਸ ਨਹੀਂ ਕੀਤਾ ਉੱਥੇ ਕੇਸ ਨਹੀਂ ਚਲਾਇਆ ਉਹਨੂੰ ਫੜ ਕੇ ਅੰਦਰ ਦੇਵੇ ਇਹ ਮੰਗਾਂ ਨੂੰ ਲੈ ਕੇ ਲਗਾਤਾਰ ਸੰਯੁਕਤ ਕਿਸਾਨ ਮੋਰਚਾ ਸੰਘਰਸ਼ ਕਰ ਰਿਹਾ ਅਤੇ ਨਾਲ ਦੀ ਨਾਲ ਜੋ ਖਨੌਰੀ ਬਾਰਡਰ ਦੇ ਉੱਤੇ ਨਾਲ ਸ਼ੰਭੂ ਬਾਰਡਰ ਦੇ ਉੱਤੇ ਸੰਘਰਸ਼ ਚੱਲ ਰਿਹਾ ਜਿਹੜੀਆਂ ਮੰਗਾਂ ਨੂੰ ਲੈ ਕੇ ਉਹਨਾਂ ਮੰਗਾਂ ਨਾਲ ਸਹਿਮਤੀ ਜਤਾਉਂਦੇ ਹੋਏ ਅਤੇ ਨਾਲ ਜੋ ਹਰਿਆਣੇ ਦੀ ਸਰਕਾਰ ਨੇ ਤਸ਼ੱਦਦ ਕੀਤਾ ਵਾ ਉਸ ਦੇ ਖਿਲਾਫ਼ ਪਰਚਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਅੱਜ ਇਕੱਠੇ ਹੋਏ। ਤੁਸੀਂ ਕਹਿ ਰਹੇ ਅਜੇ ਮਿਸ਼ਰਾ ਟੈਨੀ ਖਿਲਾਫ਼ ਕਾਰਵਾਈ, ਲੇਕਿਨ ਭਾਜਪਾ ਵੱਲੋਂ ਉਹਨੂੰ ਫਿਰ ਇੱਕ ਵਾਰ ਉਮੀਦਵਾਰ ਐਲਾਨ ਦਾ 2024। ਵੇਖੋ ਇਹੋ ਭਾਜਪਾ ਦਾ ਦੋਗਲਾ ਚਿਹਰਾ ਅਸੀਂ ਲੋਕਾਂ ਸਾਹਮਣੇ ਨੰਗਾ ਕਰਨਾ ਚਾਹੁੰਦੇ ਹਾਂ ਵੀ ਇੱਕ ਪਾਸੇ ਇਹਨਾਂ ਦੇ ਲੀਡਰ ਗੱਲਾਂ ਕਰਦੇ ਆ ਵੀ ਅਸੀਂ ਕਿਸਾਨਾਂ ਮਜ਼ਦੂਰਾਂ ਦੀ ਗੱਲ ਕਰਦੇ ਹਾਂ, ਅਸੀਂ ਕਿਸਾਨਾਂ ਮਜ਼ਦੂਰਾਂ ਦੇ ਹਿੱਤੇ ਹੀ ਆ, ਪਰ ਦੂਸਰੇ ਪਾਸੇ ਇਹ ਜਦੋਂ ਇਹੋ ਜਿਹੇ ਲੀਡਰਾਂ ਨੂੰ ਫਿਰਕਾ ਪ੍ਰਸਤਾਂ ਨੂੰ ਜਿਨ੍ਹਾਂ ਨੇ ਕਿਸਾਨਾਂ ਦੇ ਕਾਤਲਾਂ ਨੂੰ ਟਿਕਟਾਂ ਦਿੰਦੀ ਆ, ਜਦੋਂ ਲੋਕਾਂ ਦੇ ਵਿੱਚ ਇਹ ਲੰਬੇ ਵੱਡੇ ਪੱਧਰ ਤੇ ਗੱਲ ਜਾਊਗੀ ਉਦੋਂ ਇਹ ਲੋਕਾਂ ਸਾਹਮਣੇ ਹੋਰ ਨੰਗੇ ਹੋਣਗੇ। ਆਉਣ ਵਾਲੇ ਸਮੇਂ 'ਚ ਮਹਾਂ ਪੰਚਾਇਤ ਜਿਹੜੀ ਆ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਦੇ ਵਿੱਚ ਰਾਮਲੀਲਾ ਮੈਦਾਨ ਦੇ ਵਿੱਚ ਉਹ ਤਾਂ ਕਰਕੇ ਰੱਖੀ ਗਈ ਇਹ ਮੁੱਦਿਆਂ ਨੂੰ ਜ਼ੋਰਦਾਰ ਤਰੀਕੇ ਨਾਲ ਉਭਾਰਿਆ ਜਾਊਗਾ। ਅੱਜ ਵੀ ਸ਼ਹਿਰਾਂ ਦੇ ਵਿੱਚ ਮਾਰਚ ਕਰਕੇ ਉਭਾਰਾਂਗੇ, ਆਉਣ ਵਾਲੇ ਸਮੇਂ 'ਚ ਉਭਾਰਦੇ ਰਹਾਂਗੇ, ਇਹ ਸਰਕਾਰ ਨੂੰ ਲੋਕਾਂ ਸਾਹਮਣੇ ਨੰਗਾ ਕਰਾਂਗੇ। ਤੁਸੀਂ ਕਹਿ ਰਹੇ ਹੋ ਕਿ 14 ਮਾਰਚ ਨੂੰ ਜਿਹੜਾ ਤੁਹਾਡੇ ਵੱਲੋਂ ਮਾਰਚ ਕੀਤਾ ਜਾਣਾ, ਟਰੈਕਟਰਾਂ ਨੂੰ ਬੈਨ ਕੀਤਾ ਗਿਆ, ਫਿਰ ਕਿਸ ਤਰ੍ਹਾਂ ਜਾਓਗੇ? ਜਿਹੜਾ 14 ਤਰੀਕ ਦਾ ਸਾਡਾ ਪ੍ਰੋਗਰਾਮ ਆ ਉਹ ਇੱਕ ਦਿਨ ਦਾ ਪ੍ਰੋਗਰਾਮ ਆ, ਉਸ ਦੇ ਵਾਸਤੇ ਕਿਸਾਨ ਪੈਦਲ ਯਾਤਰਾ ਕਰਕੇ ਨਾਲ ਆਪਣੇ ਰੇਲ ਗੱਡੀਆਂ ਅਤੇ ਬੱਸਾਂ ਅਤੇ ਕਾਰਾਂ ਦੇ ਉੱਤੇ ਪਹੁੰਚਣਗੇ। ਜੇ ਸਰਕਾਰ ਰੁਕੂਗੀ ਉਹ 11 ਤਰੀਕ ਨੂੰ ਜਿਹੜਾ ਉਹ ਉਹਨਾਂ ਤੱਕ ਪਤਾ ਲੱਗ ਜੂਗਾ, 11 ਤਰੀਕ ਤੱਕ ਜਿਹੜੀ ਆ ਉਹ ਗੱਲ ਦੀ ਰਾਹ ਪੱਧਰਾ ਹੋ ਜੂਗਾ ਵੀ ਸਰਕਾਰ ਜਾਣ ਦਿੰਦੀ ਆ ਕਿ ਨਹੀਂ ਦਿੰਦੀ। ਜੇ ਨਹੀਂ ਜਾਣ ਦਊਗੀ ਫਿਰ ਜੋ ਸੰਯੁਕਤ ਕਿਸਾਨ ਮੋਰਚਾ ਫੈਸਲਾ ਕਰੂਗਾ ਉੱਥੇ ਭਾਰਤੀ ਕਿਸਾਨ ਏਕਤਾ ਗਰਾਂ ਇਹਨਾਂ ਵੀ ਨਫਕਾਰਾ ਦਊ। ਵੇਖੋ ਜਿੱਦਾਂ ਹਾਈਕੋਰਟ ਕਹਿ ਰਹੀ ਆ ਵੀ ਕਿਸਾਨ ਜਿਹੜੇ ਆ ਉਹ ਜਾ ਸਕਦੇ ਆ, ਸੁਪਰੀਮ ਕੋਰਟ ਕਹਿ ਰਹੀ ਆ ਜਾ ਸਕਦੇ ਆ, ਅਸੀਂ ਤਾਂ ਸੋਚਦੇ ਹਾਂ ਵੀ ਜਾਣ ਦੇਣਗੇ। ਜੇ ਨਾ ਜਾਣ ਦੇਣਗੇ ਤਾਂ ਫਿਰ ਉਹਦਾ ਪ੍ਰੋਗਰਾਮ ਜਿਹੜਾ ਵਾ, ਕਿਉਂਕਿ ਜਿੱਥੇ ਜਿੱਥੋਂ, ਕਿਉਂਕਿ ਇਹ ਇਕੱਲੇ ਪੰਜਾਬ ਹਰਿਆਣੇ 'ਚੋਂ ਕਿਸਾਨਾਂ ਨੇ ਨਹੀਂ ਜਾਣਾ, ਇਹ ਪੂਰੇ ਭਾਰਤ ਦੇ ਸੰਯੁਕਤ ਕਿਸਾਨ ਮੋਰਚਾ ਟਕੈਸ ਸਾਹਿਬ ਆ, ਚੁਰੂਨੀ ਸਾਹਿਬ ਆ, ਹਨਨ ਮੁੱਲਾ ਜੀ ਆ, ਰਾਜਸਥਾਨ 'ਚੋਂ, ਬੰਗਾਲ ਦੇ ਵਿੱਚੋਂ ਲੀਡਰ ਸਾਰੇ ਵੱਡੇ ਕਾਫਲਿਆਂ ਨਾਲ ਆ ਰਹੇ ਆ, ਲੱਖਾਂ ਲੋਕ ਇਕੱਠੇ ਹੋਣੇ ਆ। ਜੇ ਰੋਕਣਗੇ ਉਹ ਗੱਲ ਦੂਰ ਦੇਸ਼ ਤੱਕ ਜਾਊਗੀ ਵੀ ਇਹ ਕਿਸਾਨਾਂ ਨੂੰ ਰੋਕਿਆ ਜਾ ਰਿਹਾ। ਸੁਪਰੀਮ ਕੋਰਟ ਤੇ ਪਹਿਲਾਂ ਹੀ ਕਹਿ ਦਿੱਤਾ ਕਿਸਾਨਾਂ ਦੀਆਂ ਡਿਮਾਂਡ ਜਿਹੜੀਆਂ ਪੂਰੀਆਂ ਕੀਤੀਆਂ ਜਾਵੇ, ਕੀ ਲੱਗਦਾ ਕਿ ਇੱਥੇ ਜਾਣ ਬੁੱਝ ਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ, ਚੋਣ ਜ਼ਾਬਤਾ ਵੀ ਲੱਗਣ ਵਾਲਾ ਹੈ? ਵੇਖੋ ਸਰਕਾਰ ਜਿਹੜੀ ਇਹ WTO ਦੇ ਵਿੱਚ ਸਮਝੌਤੇ ਦੇ ਤਹਿਤ WTO ਦਾ ਇੱਕ ਹਿੱਸਾ ਵਾ, ਜੋ WTO ਫੈਸਲਾ ਕਰਦਾ ਉਹ ਸਰਕਾਰ ਉਸਨੂੰ ਲਾਗੂ ਕਰਦੀ ਆ। WTO ਕਹਿੰਦਾ ਸਬਸਿਡੀਆਂ ਬੰਦ ਕਰੋ, MSP ਨਾ ਦਿਓ, ਉਹ ਗੱਲਾਂ ਨੂੰ ਲੈ ਕੇ ਇਹ ਸਰਕਾਰ ਉਹਨਾਂ ਹੁਕਮਾਂ ਦੀ ਵੱਜੀ ਆ। ਅਸੀਂ ਤਾਂ ਕਰਕੇ ਲਗਾਤਾਰ ਪਿਛਲੇ ਦਿਨੀ ਪੁਤਰੇ ਵੀ ਫੂਕੇ, ਆਬੋ ਧਾਬੀ ਦੇ ਵਿੱਚ ਮੀਟਿੰਗ ਵੀ ਹੋਈ WTO ਦੀ, ਉਹਦੇ ਉੱਤੇ ਸਰਕਾਰ ਜਿਹੜੇ ਲੋਕਾਂ ਦੇ ਦਬਾਅ ਕਰਕੇ ਉੱਥੇ WTO ਦੇ ਵਿੱਚ ਇਹ ਗੱਲ ਆਖੀ ਗਈ ਆ ਵੀ ਅਸੀਂ ਕਿਸਾਨਾਂ ਦੇ ਉੱਤੇ ਹੋਰ ਪਾਬੰਦੀਆਂ ਨਹੀਂ ਲਾ ਸਕਦੇ। ਇਹ ਭਾਰਤ ਸਰਕਾਰ ਨੇ, ਇਹ ਲੋਕਾਂ ਦਾ ਦਬਾਅ ਸੀ, ਨਹੀਂ ਤਾਂ ਜਿਹੜੀ ਇਹ WTO ਦੀ ਹਮੇਸ਼ਾ ਜਿਹੜੀ ਆ ਇਹਨਾਂ ਨੇ ਉਹਨਾਂ ਦੀ ਗੱਲ ਮੰਨੀ ਆ, ਪਰ ਲੋਕ ਹੌਲੀ ਹੌਲੀ ਇਕੱਠੇ ਹੋ ਰਹੇ ਆ, ਇਹ ਇੱਕ ਲਾਮਬੰਦੀ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਵੱਡੀ ਹੋਊ। ਲੱਗਦਾ ਨਹੀਂ ਸਮਾਂ ਕੱਢਿਆ ਜਾ ਰਿਹਾ, ਕੁਝ ਸਮੇਂ ਬਾਅਦ ਚੋਣ ਜ਼ਾਬਤਾ ਵੀ ਲੱਗੂਗਾ? ਵੇਖੋ ਸਮਾਂ ਜ਼ਰੂਰ ਕੱਢਿਆ ਜਾ ਰਿਹਾ, ਪਰ ਆਉਣ ਵਾਲੇ ਦਿਨਾਂ 'ਚ ਇਹਨਾਂ ਲੀਡਰਾਂ ਨੇ ਜੋ ਅੱਜ ਕਿਸਾਨਾਂ ਦਾ ਬੜਾ ਵੱਡਾ ਵੋਟ ਬੈਂਕ ਆ, ਮਜ਼ਦੂਰਾਂ ਦਾ ਵੱਡਾ ਵੋਟ ਬੈਂਕ ਆ, ਅੱਜ ਬੇਰੁਜ਼ਗਾਰ ਪਰੇਸ਼ਾਨ ਨੇ, ਅੱਜ ਕਿਸਾਨ ਪਰੇਸ਼ਾਨ ਆ, ਮਜ਼ਦੂਰ ਪਰੇਸ਼ਾਨ ਆ, ਹਰ ਬੰਦਾ ਪਰੇਸ਼ਾਨ ਆ ਸਰਕਾਰ ਤੋਂ। ਬੇਰੁਜ਼ਗਾਰੀ ਵਧੀ ਆ, ਮਹਿੰਗਾਈ ਵਧੀ ਆ, ਪਰ ਇਹ ਸਰਕਾਰ ਜਿਹੜੀ ਆ ਅਸਲ ਮੁੱਦਿਆਂ ਤੋਂ ਧਿਆਨ ਭੜਕਾ ਕੇ ਅਤੇ ਲੋਕਾਂ ਨੂੰ ਹੋਰ ਪਾਸੇ ਫਿਰਕਾ ਪ੍ਰਸਤ ਵਾਲੇ ਬੰਨੇ ਲਿਆਉਣਾ ਚਾਹੁੰਦੀ ਆ। ਅਸੀਂ ਲਗਾਤਾਰ ਸਰਕਾਰ ਦੇ ਵਿੱਚ, ਸਰਕਾਰ ਦੇ ਮੂੰਹ 'ਚ ਗੱਲ ਪਾ ਰਹੇ ਹਾਂ ਵੀ ਆਹ ਜਿਹੜੀਆਂ ਮੰਗਾਂ ਤੂੰ ਆਪ ਕਹਿ ਕੇ ਆਈ ਸੀ, ਆਪਣੇ ਚੋਣ ਮਨੋਰਥ ਦੇ ਵਿੱਚ ਕਿਹਾ ਸੀ ਵੀ ਅਸੀਂ MSP ਲਾਵਾਂਗੇ, ਇਹ ਕਿਉਂ ਨਹੀਂ ਪੂਰੀ ਕੀਤੀ? ਇਹ ਨਾਲ BJP ਨੂੰ ਅਤੇ ਨਾਲ ਜਿਹੜੇ ਹੋਰ ਵੀ ਚੋਣਾਂ ਲੜ ਰਹੇ ਆ ਉਹਨਾਂ ਦੇ ਮੂੰਹ 'ਚ ਵੀ ਇਹ ਗੱਲ ਪਾਈ ਜਾ ਰਹੀ ਹੈ। ਲੱਗਦਾ ਕਿ ਜੇਕਰ ਨਹੀਂ ਡਿਮਾਂਡਸ ਪੂਰੀਆਂ ਹੋਣਗੀਆਂ ਫਿਰ 24 ਦੇ ਵਿੱਚ ਵਿਰੋਧ ਕੀਤਾ ਜਾਵੇਗਾ ਇਹਨਾਂ ਦੇ ਪਾਰਟੀ ਦੇ ਖਿਲਾਫ? ਦੇਖੋ ਜੋ ਸੰਯੁਕਤ ਕਿਸਾਨ ਮੋਰਚਾ ਫੈਸਲਾ ਕਰੂਗਾ, ਜਿਵੇਂ ਦਾ ਉਸ ਤੋਂ ਫੈਸਲਾ ਆਊਗਾ, ਜਾ ਸਕਦਾ ਕਿ ਨਹੀਂ ਕੀਤਾ ਜਾ ਸਕਦਾ? ਹੋ ਵੀ ਸਕਦਾ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਵੋਟ ਦੀ ਚੋਟ ਦੀ ਗੱਲ SKM ਨੇ ਕੀਤੀ ਆ, ਆਉਣ ਵਾਲੇ ਸਮੇਂ ਜੇ ਕੀਤੀ ਜਾਊਗੀ ਤਾਂ ਉਸ ਤੇ ਭਾਰਤੀ ਕਿਸਾਨ ਏਕਤਾ ਗਰਾਂ ਪੂਰੇ ਜ਼ੋਰ ਨਾਲ ਪਹਿਰਾ ਦੇਵੇ। ਸਰਕਾਰ ਮੋਦੀ 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 ਸਰਕਾ
ਕਤਲ ਕਰਕੇ ਉਹਨੂੰ ਸ਼ਹੀਦ ਕੀਤਾ ਗਿਆ ਤੇ ਜੀਰੋ ਐਫ ਆਈ ਆਰ ਦਰਜ ਕੀਤੀ ਗਈ ਆ। ਹਟਨ ਨੂੰ ਵਿੱਚ ਨੂੰ ਨਾਲ ਡੀ ਜੀ ਪੀ ਹਰਿਆਣੇ ਨੂੰ ਉਹ ਜਥੇਬੰਦੀ ਸੰਯੁਕਤ ਮੋਰਚਾ ਮੰਗ ਕਰਦਾ ਨਾਲ ਕਿਸਾਨਾਂ ਮਜ਼ਦੂਰਾਂ ਨੂੰ ਪੈਨਸ਼ਨ ਦਿੱਤੀ ਜਾਵੇ, ਸਮੁੱਚੇ ਕਰਜ਼ੇ ਮਾਫ਼ ਕੀਤੇ ਜਾਣ, ਜੋ ਮੰਗਾਂ ਭਾਰਤ